ਸਤਿਕਾਲ ਦੋਸਤੋ, ਕੀ ਹਾਲ ਚਾਲ ਨੇ? ਅੱਜ ਆਪਾਂ ਭਾਨੇ ਸਿੱਧੂ ਦੇ ਜਿਹੜਾ ਇਕੱਠ ਰੱਖਿਆ ਕੋਰਟ ਦੁਨੇ ਉੱਥੇ ਆਏ ਖੜੇ ਆ। ਸੜਕ ਤੇ ਦੇਖ ਰਹੇ ਹਾਂ, ਮੈਂ ਘਰੋਂ ਭੀਖਿਓ ਦੇਖਦਾ, ਪਿੰਡੋਂ ਦੇਖਦਾ ਆ ਰਿਹਾ ਵੀ ਟਰਾਲੀਆਂ ਦੇ ਕਾਫਲੇ, ਗੱਡੀਆਂ ਦੇ ਕਾਫਲੇ, ਜਿਵੇਂ ਆਹ ਗੱਡੀ ਖੜੀ ਆ ਬਾਈ ਭਾਨੇ ਸਿੱਧੂ ਹੋਰ, ਅਕਸਰ ਆਪਾਂ ਇਹਨਾਂ ਗੱਡੀਆਂ ਦੇ ਵਿੱਚ ਦੇਖਿਆ ਨਾ, ਤੇ ਇਹਨਾਂ ਬਾਈਆਂ ਨਾਲ ਵੀ ਗੱਲਬਾਤ ਕਰਦੇ ਆ ਜਾਂ ਮਿਲਾਉਂਦੇ ਤੁਹਾਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਬਾ ਜੀ, ਕਿਹੜੇ ਪਿੰਡੋਂ ਆਏ ਸੀ? ਅਸੀਂ ਤਲਵੰਡੀ ਸਾਬੋ ਸ੍ਰੀ ਦੰਦਮਾ ਸਾਹਿਬ ਤੋਂ ਜੀ। ਅੱਛਾ ਅੱਛਾ, ਤੇ ਤੁਹਾਡੇ ਨਾਲ ਪਹਿਲਾਂ ਵੀ ਕੋਈ ਗੱਲਬਾਤ ਹੁੰਦੀ ਰਹਿੰਦੀ ਹੈ ਬਾਈ ਭਾਨੇ ਸਿੱਧੂ ਹੋਰਾਂ ਦੀ? ਹਾਂਜੀ ਹਾਂਜੀ, ਤੁਸੀਂ ਭਾਨੇ ਬਾਈ ਦੇ ਜੇ ਉੱਥੇ ਜਾਓਗੇ ਨਾ ਚੈਨਲ ਤੇ ਜਾਂ ਪੇਜ ਤੇ ਇੰਸਟਾਗ੍ਰਾਮ ਤੇ, ਉਹਨੇ ਗੱਡੀ ਦੀ ਤੇ ਸਾਡੀ ਸਾਰਿਆਂ ਦੀ ਵੀਡੀਓ ਵੀ ਪਾਈ ਹੋਈ ਆ। ਹਾਂ, ਮੈਂ ਭਰਾਵਾਂ ਨੂੰ ਦੱਸ ਕੇ ਵੀ ਹਟਿਆ ਪਹਿਲਾਂ ਵੀ ਅਕਸਰ ਆਪਾਂ ਦੇਖਦੇ ਰਹਿੰਦੇ ਹਾਂ। ਹਾਂ ਹਾਂ ਹਾਂ, ਇਸ ਗੱਡੀ ਦੇ ਵਿੱਚ ਮਿੱਤਰੋ ਅਕਸਰ ਬਾਈ ਭਾਨਾ ਸਿੱਧੂ ਜਾਂ ਵੀ ਬਾਈ ਲੱਖਾ ਸਿਧਾਣਾ ਹੋਰੇ ਇਸ ਗੱਡੀ ਨਾਲ ਇਹਨਾਂ ਬਾਈਆਂ ਨਾਲ ਖਾਸ ਕਰਕੇ ਜੁੜੇ ਹੋਏ ਨੇ। ਤੁਹਾਡੇ ਪਿੰਡਾਂ ਗਲੀਆਂ ਹੋਰ ਕਿੰਨੇ ਕੁ ਮਤਲਬ ਸੰਗਤ ਆ ਰਹੀ ਹੈ? ਬਹੁਤ ਲੋਕ ਆ ਰਹੇ ਆ, ਕਈ ਤਾਂ ਪਹੁੰਚ ਗਏ, ਕਈ ਹਜੇ ਪਿੱਛੇ ਹੋਰ ਆ ਰਹੇ ਨੇ। ਤੇ ਟਾਈਮ ਮੇਰੇ ਖਿਆਲ ਚ 12 ਦੇ ਲਗਭਗ ਹੋ ਗਿਆ ਹਨਾ? ਹਾਂਜੀ, 12 ਹੋ ਗਏ। 9 ਵਜੇ ਦਾ ਟਾਈਮ ਦਿੱਤਾ ਹੋਇਆ, 10 ਵਜੇ ਦਾ ਟਾਈਮ ਦਿੱਤਾ ਹੋਇਆ। ਸਾਨੂੰ 11 ਦਿੱਤਾ ਸੀ, ਕੱਲ ਨਾ ਸਾਡੀ ਲੱਕੇ ਸਦਾਨਾ ਗੱਲ ਹੋਈ ਸੀ ਵੀਰ ਨਾਲ, ਉਹ ਮੈਨੂੰ ਕਹਿੰਦਾ 11 ਵਜੇ ਚਾਲੂ ਕਰਾਂਗੇ, ਫਿਰ ਅਸੀਂ ਉਸ ਹਿਸਾਬ ਨਾਲ ਥੋੜਾ ਜਿਹਾ ਲੇਟ ਹੋ ਗਏ ਸਾਡੇ ਬੰਦੇ। ਅੱਛਾ ਅੱਛਾ, ਨਹੀਂ ਤਾਂ ਅਸੀਂ ਇਦੋਂ ਵੇਲਾ ਜਿਹੜੀਆਂ ਪਹੁੰਚ ਗਏ ਮੁੰਡੇ ਅਜੇ ਪਿੱਛੇ ਤੁਰੇ ਆਉਂਦੇ ਆ। ਅੱਛਾ, ਕਿਤੇ ਆਪਾਂ ਇਹ ਤਾਂ ਨਹੀਂ ਦੇਖ ਰਹੇ ਵੀ ਜਿਹੜੇ ਲੋਕ ਇਕੱਠੇ ਹੋ ਕੇ ਆ ਰਹੇ ਨੇ ਵੀ ਇੱਕ ਦੂਜੇ ਤੇ ਮਤਲਬ ਹੁੱਲੜਬਾਜ਼ੀ ਕਰਕੇ ਜਾ ਰਹੇ ਨੇ? ਨਹੀਂ ਨਹੀਂ, ਜਿਹੜੇ ਬੰਦਿਆਂ ਨੂੰ ਪੂਰੀ ਜਾਣਕਾਰੀ ਆ, ਪੂਰੀ ਗੱਲਬਾਤ ਆ, ਜਿਨ੍ਹਾਂ ਦਾ ਪੂਰਾ ਸਮਰਥਨ ਆ, ਉਹ ਆ ਰਹੇ ਹੈਗੇ। ਸਮਝੀ, ਉਹ ਬੰਦੇ ਵੀ ਬਹੁਤ ਰਹਿ ਗਏ ਹੈਗੇ ਅੱਜ, ਕਿਉਂਕਿ ਸਾਧਨ ਬਹੁਤ ਘੱਟ ਸੀਗੇ। ਹੁਣ ਅਸੀਂ ਵੀ ਇਹਦੇ 'ਚ ਦੇਖੋ ਕਿੰਨੇ 6-7 ਬੰਦੇ ਬੈਠ ਕੇ ਆਏ ਹੈਗੇ ਹਨਾ, ਉਸ ਕਰਕੇ ਕਈ ਬੰਦੇ ਰਹਿ ਗਏ ਨੇ ਹਜੇ ਤਾਂ। ਬਾਕੀ ਹੋਰ ਲੋਕਾਂ ਨਾਲ ਕਿਵੇਂ ਆਪਾਂ ਮਿਲ ਜੁਲ ਕੇ ਮਿਲੇ ਜੁਲੇ ਹਨਾ, ਵੀ ਕੀ ਲੋਕਾਂ ਦਾ ਰਿਵਿਊ ਉਹਦੇ ਬਾਰੇ ਕੀ? ਹਾਂ, ਯੰਗ ਜਿਹੜਾ ਯੂਥ ਆ ਨਾ, ਉਹ ਬਹੁਤ ਜੁੜੇ ਹੋਏ ਆ, ਖਾਸ ਕਰਕੇ ਜਿਹੜੇ ਪੁਰਾਣੇ ਬਜ਼ੁਰਗ ਵੀ ਆ ਨਾ, ਉਹ ਵੀ ਇਹਦੀ ਸਪੋਰਟ ਕਰਦੇ ਆ, ਜੋ ਨਹੀਂ ਵੀ ਆ ਸਕੇ ਨਾ, ਕਿਉਂਕਿ ਇਹਦੇ ਜਿਹੜਾ ਕੰਮ ਕਰ ਰਹੇ ਅਸੀਂ ਵੀਰ, ਉਹ ਬਹੁਤ ਵਧੀਆ ਕੰਮ ਸੀਗਾ। ਅਸੀਂ ਵੀ ਪੈਸੇ ਪੂਸੇ ਦਵਾਉਣ ਜਾਂਦੇ ਹਾਂ, ਪਰ ਚਲੋ ਸਾਨੂੰ ਓਡੀ ਗੱਲਬਾਤ ਨਹੀਂ ਹੈਗੀ, ਪਰ ਇਹ ਵੀਰ ਨੇ ਜੋ ਕੁਛ ਕਰਿਆ, ਜੋ ਪਰ ਸਰਕਾਰ ਅੱਜ ਕਰ ਰਹੀ ਆ, ਉਹ ਬੇਇਨਸਾਫੀ ਆ, ਬਿਲ ਨਜਾਇਜ਼ ਧੱਕਾ। ਆਪਾਂ ਸਰਕਾਰ ਕਿਹੜੀ ਉਮੀਦਾਂ ਨਾਲ ਬਣਾਈ ਸੀਗੀ ਪਹਿਲਾਂ ਹਨਾ? ਉਮੀਦਾਂ ਬਹੁਤ ਸੀਗੀਆਂ, ਪਰ ਉਹ ਉਮੀਦਾਂ ਤੇ ਸਰਕਾਰ ਖਰੀ ਨਹੀਂ ਉਤਰ ਸਕੀ। ਉਲਟਾ ਸਮਾਂ ਦੀ ਇਹਨਾਂ ਨੇ ਪੁਰਾਣਿਆਂ ਨੂੰ ਚੰਗਾ ਕਹਾਤਾ, ਇਹਨਾਂ ਨੂੰ ਬਦਲ ਕੇ ਲਿਆਂਦਾ ਗਿਆ ਸੀਗਾ। ਫਿਰ ਦੂਸਰੀ ਗੱਲ ਇਹ ਦੇਖੋ ਵੀ ਤੁਸੀਂ ਜੇ ਉਹਦੇ ਤੇ ਪਰਚਾ ਗਾ, ਤੁਸੀਂ ਫਿਰ ਝੂਠ ਬੋਲ ਕੇ ਲਜਾਨੇ ਹੋ ਕਿ ਆ ਜਾ ਤੈਨੂੰ ਨਾ ਐਸਐਸਪੀ ਸਾਹਿਬ ਗਨਮੈਨ ਦੇਣ ਲੱਗੇ ਨੇ। ਮੇਰੀ ਪਰਸਨਲ ਗੱਲ ਹੋਈ ਲੱਖੇ ਨਾਲ, ਉਹਨੇ ਮੈਨੂੰ ਦੱਸਿਆ, ਕਹਿੰਦਾ ਐਂ ਕਰਕੇ ਲੈ ਕੇ ਗਏ ਆ, ਕਹਿੰਦਾ ਨਹੀਂ ਆਪਾਂ ਜਾਣ ਨਹੀਂ ਦੇ ਸੀਗੇ। ਤੇ ਇਹ ਤੁਸੀਂ ਕਿਹੋ ਜਿਹੀਆਂ ਹਰਕਤਾਂ ਤੇ ਉਤਰੇ ਆਏ ਹੋਗੇ? ਤੁਸੀਂ ਝੂਠ ਬੋਲ ਕੇ ਫਿਰ ਇੱਕ ਚੋਂ ਜਵਾਨਤ ਹੁੰਦੀ ਆ, ਤੁਸੀਂ ਫਿਰ ਦੂਜਾ ਚੋਰੀ ਦਾ ਬਣਾ ਦਿੰਦੇ ਹੋ, ਫਿਰ ਉਹਨੇ ਇੱਕ ਫਿਰੋਜ਼ਪੁਰ ਬਣਾਤਾ, ਐਂ ਤੁਸੀਂ ਕਿੰਨਾ ਕੁ ਚਿਰ ਰੱਖ ਲਓਗੇ? ਨਾਲੇ ਇਹ ਕੰਮ ਬੰਦ ਨਹੀਂ ਹੋਣਾ, ਜੇ ਇਹਨੂੰ ਤੁਸੀਂ ਅੰਦਰ ਵੀ ਰੱਖੋਗੇ ਨਾ, ਇੱਥੇ ਬਹੁਤ ਭਾਨੇ ਨੇ, ਅਸੀਂ ਇਹਦੇ ਕੰਮ ਨੂੰ ਅੱਗੇ ਕੰਟੀਨਿਊ ਕਰਾਂਗੇ। ਅਸੀਂ ਲੋਕਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਸੰਪਰਕ ਕਰੋ, ਜਿਹਦੇ ਪੈਸੇ ਰਹਿੰਦੇ ਆ ਲੈਣ ਵਾਲੇ, ਇਹ ਕੰਮ ਕੰਟੀਨਿਊ ਰਹੂਗਾ। ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਲੋਕਾਂ ਦੀ ਸਰਕਾਰ ਆ, ਆ ਦੇਖੋ ਲੋਕਾਂ ਦੀ ਸਰਕਾਰ ਹੈ ਇਹ, ਅਸਲੀ ਸਰਕਾਰ ਆ, ਫਿਰ ਉਹ ਸਰਕਾਰ ਆ, ਅਸਲ ਅਸਲ ਸਰਕਾਰ ਇਹ ਆ। ਹਾਂ, ਕਿਉਂਕਿ ਮੈਂ ਪਰ ਇੱਕ ਗੱਲ ਕਹਿਣਾ ਕਿ ਇਹ ਕੰਮ ਬੰਦ ਨਹੀਂ ਹੋਣਾ, ਜਿੰਨਾ ਮਰਜ਼ੀ ਮੁੱਖ ਮੰਤਰੀ ਸਾਹਿਬ ਦੀ ਧੱਕਾ ਕਰ ਲਓ, ਜਿੰਨੇ ਮਰਜ਼ੀ ਪਰਚੇ ਕਰ ਲਓ, ਤੁਸੀਂ ਸਾਡੂ ਵੀ ਜੇਲ੍ਹ 'ਚ ਭੇਜ ਦਿਓ, ਫਿਰ ਹੋਰ ਬੰਦੇ ਉੱਠ ਖੜਨਗੇ। ਇਹ ਤਾਂ ਹੁਣ ਕਾਫਲਾ ਚੱਲੂਗਾ ਹੀ ਚੱਲੂਗਾ, ਜਿੰਨਾ ਚਿਰ ਤੁਸੀਂ ਠੱਗਾਂ ਨਾਲ ਖੜੇ ਹੋ ਨਾ, ਅਸੀਂ ਤੁਹਾਡੇ ਖਿਲਾਫ ਖੜੇ ਆ। ਜੇ ਤੁਸੀਂ ਪਹਿਲਾਂ ਲੋਕਾਂ ਨਾਲ ਖੜਨ ਦੀ ਗੱਲ ਕੀਤੀ ਸੀ, ਅਸੀਂ ਤੁਹਾਡੇ ਨਾਲ ਸੀ, ਪਰ ਹੁਣ ਅਸੀਂ ਤੁਹਾਡੇ ਖਿਲਾਫ ਖੜਾਂਗੇ ਜੇ ਤੁਸੀਂ ਠੱਗਾਂ ਨਾਲ ਖੜੋਗੇ। ਇੱਥੇ ਆਮ ਲੋਕਾਂ ਦੇ ਵਿੱਚ ਆਉਣਾ ਹੀ ਪੈਣਾ, ਜਿਹੜੀਆਂ ਤੁਸੀਂ ਸੱਥਾਂ ਦੀਆਂ ਗੱਲਾਂ ਕਰਦੇ ਸੀ ਨਾ, ਉਹ ਸੱਥਾਂ 'ਚ ਤੁਹਾਨੂੰ ਫੇਰ ਆਉਣਾ ਪੈਣਾ, ਤੇ ਅਗਲੇ ਵਾਰੀ ਤੁਹਾਡੀਆਂ ਜਵਾਨਤਾ ਹੋਏ ਜਬ ਹੋਣੀਆਂ, ਜਿਵੇਂ ਬਾਹਰਲੇ ਸਟੇਟਾਂ 'ਚ ਹੋਈਆਂ। ਵੀਰਾਂ ਨੇ ਨਵੇਂ ਮੁੰਡਿਆਂ ਨੇ ਆ ਗੱਡੀ ਤਿਆਰ ਕੀਤੀ ਆ, ਜੀਐਸ ਮੋਟਰ ਤਲਵੰਡੀ ਸਾਹਿਬ ਵਾਲਿਆਂ ਨੇ। ਸਾਡੇ ਵੀਰਾਂ ਨੂੰ ਬਾਹਰ ਜਾਣ ਦੀ ਬਜਾਏ ਇੱਥੇ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ, ਇਹੋ ਜਿਹੇ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ। ਜਿਹੜੇ ਪੰਜਾਬੀ ਵੀਰ ਇਹੋ ਜਿਹੇ ਸਾਡੇ ਬੈਠੇ ਆ, ਜੂਸ ਵਗੈਰਾ ਲਾ ਕੇ ਇਹਨਾਂ ਤੋਂ ਜੂਸ ਪੀਓ ਜਾਂ ਇਹਨਾਂ ਦੇ ਕੰਮਕਾਰਾਂ ਦੇ ਨਾਲ ਹੈਲਪ ਕਰਾਓ। ਬਿਲਕੁਲ ਜੀ, ਠੀਕ ਹੈ ਜੀ, ਧੰਨਵਾਦ, ਧੰਨਵਾਦ ਜੀ, ਠੀਕ ਹੈ, ਬਹੁਤ ਮਿਹਰਬਾਨੀ, ਆ ਜਾਓ ਆਪਾਂ ਚੱਲ ਕੇ ਦੇਖਦੇ ਆਪਾਂ ਮਿਲਿਓ। ਜੇਲਾ ਮਰਦਾ ਨਹੀਂ ਹੁੰਦੀਆਂ, ਜੇਲਾ ਸੂਰਤਾਂ ਨਹੀਂ ਹੁੰਦੀਆਂ।
ਬੰਦ ਨਹੀਂ ਕਰ ਸਕਦਾ। ਇੰਨੀ ਕੁ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਬੰਦ ਹੋ ਜਾਓ ਤੇ ਭਾਨੇ ਸਿੱਧੂ ਨੂੰ ਜੇਲ੍ਹ ਚੋਂ ਸਿੱਧਾ ਰਿਹਾ ਕਰਾ ਕੇ ਲਿਆਵਾਂਗੇ। ਲਿਆਉਂਗੇ ਕਿ ਨਾ? ਚੋਰੀ ਦਾ ਪਰਚਾ ਦਿੱਤਾ ਓਏ।